हाँ जी, सत श्री अकाल जी। किवें सारे? अज असीं पहुँच चुके हैं शूट ते जट सौदिया दे नाल। आज तुहानूं दिखाउंदे शूट दी की अपडेट आ। लेट्स गो। हाँ मैं दे दूंगी कुछ, तुसीं बना दिओ। अद्धा कल मैं बनाता सी अद्धा। हाँ जी, सत श्री अकाल जी तुहानूं। थोनू सत श्री अकाल। ਤਿਆਰ ਵੀ ਨਹੀਂ ਹੋਏ ਬਹਿ ਗਏ ਆ ਕੇ, ਕਿਉਂਕਿ ਠੰਡ ਲੱਗਦੀ ਸੀਗੀ। ਸਿਰ ਸੁੱਲ ਹੋ ਗਿਆ ਠੰਡ ਨਾਲ ਤੇ ਹਵਾ ਬੜੀ ਲੱਗੀ ਮੈਨੂੰ। ਪਰ ਅਸੀਂ ਫੇਰ ਵੀ ਡਿੱਗਦੇ ਢਹਿੰਦੇ ਪਹੁੰਚ ਹੀ ਗਏ। ਮੈਨੂੰ ਤਾਂ ਡਰ ਸੀ ਕਿ ਸਕੂਟਰੀ ਦਾ ਤੇਲ ਨਾ ਮੁੱਕ ਜਾਵੇ, ਪਰ ਬਚ ਗਿਆ ਕੰਮ। ਤੇਲ ਵੀ ਨਹੀਂ ਪਵਾਇਆ ਗਿਆ ਸਾਡੇ ਤੋਂ, ਠੰਡ ਹੀ ਬੜੀ ਲੱਗੀ ਖੜੇ ਹੋ ਗਏ। ਤੇ ਐ ਲਓ ਜੀ, ਛੋਟੀ ਭੈਣ ਰਾਣੋ सारा दुख शो कर लिया जिना भेड जाएगा। करना भी चाहिए, हाण हाण प्यारा, हाण हाण प्यारा होंगे जरूरी है, जरूरी है। किसी बह के मन हौला करना भी जरूरी है। कहने होंगे ना, कहने खुशी दसे तो वादी है, है दुख दसे तो घटता है। ਇਹ ਜ਼ਰੂਰੀ ਹੁੰਦਾ ਦੁੱਖ ਸੁੱਖ ਕਰਨਾ। ਅਤੇ ਆਪਾਂ ਕੱਲ੍ਹ ਤੋਂ ਲੈ ਕੇ ਅੱਜ ਤੱਕ ਲਗਾਤਾਰ ਚੱਲ ਰਹੇ ਹਾਂ, ਕਿਉਂਕਿ ਸਾਡਾ ਇੱਧਰ ਮੈਂ ਤੁਹਾਨੂੰ ਇੱਕ ਦਿਨ ਦਾ ਤੜਕ ਹੀ ਲੱਗ ਗਿਆ। ਇਹ ਕੀ ਹੈ? ਰੋਟੀ ਖੰਘ ਹੈ ਮੇਰੀ, ਖੰਘ ਹੈ। ਖੰਘ ਤਾਂ ਇੱਕ ਕਹੀ ਜਾਂਦੀ, ਰੋਟੀ ਨਹੀਂ ਖਾ ਕੇ ਆਇਆ? ਰੋਟੀ ਖਾ ਕੇ ਆਇਆ ਪਰ ਸਬਰ ਨਹੀਂ ਆਇਆ। ਸਬਰ ਨਹੀਂ ਆਇਆ, ਚਾਹੀਦੇ ਨਾਲ ਸਬਰ ਆਊਗਾ, ਖੰਘ ਲੱਗਦੀ ਸੀ। ਮੈਂ 15 ਰੋਟੀਆਂ ਖਾ ਕੇ ਤੇ ਜਦੋਂ ਫੋਨ ਵੀ ਮੰਗਣ ਲੱਗਿਆ, ਮੇਰਾ ਸੰਦੀਪ ਨੇ ਹੱਥ ਫੜ ਲਿਆ, ਕਹਿੰਦਾ ਬਸ ਬਾਈ ਬਸ ਬਸ ਬਾਈ ਬਸ, ਹੁਣ ਇੰਨੀ ਵੀ ਸ਼ਰਮ ਨਾ ਲਾ। ਹਾਂ ਕਹਿੰਦਾ ਤੂੰ ਪੈਸੇ ਖਵਾ ਦੇ, ਹੋਰ ਵੀ ਇੰਨਾ ਵੀ ਹੱਦ ਨਾ ਕਰ ਭਰਾਵਾ। ਚਲੋ ਇਹ ਸਾਡੇ ਬਾਈ ਬਹੁਤ ਹੀ ਘੈਂਟ ਐਕਟਿੰਗ ਕਰਦੇ ਨੇ, ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦੇ। ਜੱਟ ਸੌਦਾ ਚੈਨਲ 'ਤੇ ਜੱਟ ਸੌਦਾ ਮਤਲਬ ਕੀ ਹੁੰਦਾ? ਸਿੰਪਲ ਸਾਊ ਸਾਦਾ ਕੰਮ, ਜਮਾਂ ਹੀ ਸਿੱਧਾ ਸਾਦਾ ਕੰਮ। ਅਤੇ ਆ ਇੱਧਰ ਵੀ ਕਾਫੀ ਐਕਟਰ ਹੈਗੇ ਨੇ, ਰਾਤ ਭਰਜਾਈ ਨੇ ਰੋਟੀ ਪਕਾ ਲਈ ਸੀ, ਤੂੰ ਰੋ ਮਾਰਦਾ ਪਕਾਈ ਨਾ ਰੋਟੀ। ਨਾ ਇਹ ਤਾਂ ਕਹਿੰਦੇ ਸੀ ਕੱਲ ਉਰੇ ਰਹਿਣਾ ਆ, ਵੀ ਐਡੀਟਿੰਗ ਕਰਨੀ ਹੈ, ਕਹਿੰਦੇ ਰੋਟੀ ਨਾ ਬਣਾਈ, ਮੈਂ ਕਹਿ ਕੇ ਆਇਆ। ਵੀਰੇ ਇਹ ਗੱਲਾਂ ਨੇ, ਹੁਣ ਹੁਣ ਨਹੀਂ ਉਹ ਕੰਮ ਚੱਲਦਾ। ਆਲੇ ਦੁਆਲੇ ਹੋ ਕੇ ਖੜਕੇ ਨਹੀਂ ਹੈ, ਪਾਏ ਹੋਏ ਨੇ। ਪਤਾ ਹੋਣਾ ਚਾਹੀਦਾ ਵੀ ਕੈਮਰੇ ਉੱਥੇ ਲੱਗਦੇ ਨੇ ਜਿੱਥੇ ਵੱਡੇ ਐਕਟਰ ਬੈਠੇ ਹੁੰਦੇ ਨੇ। ਗੱਲਾਂ ਵਾਲੀ ਕਿਹੜੀ ਗੱਲ ਹੈ ਨਾ, ਸਹੀ ਗੱਲ ਸਹੀ ਹੈ, ਕੈਮਰਾ ਉੱਥੇ ਲੱਗ ਜਾਂਦਾ। ਐਡਾ ਉੱਚਾ ਉਹਦਾ ਨਾਂ ਤਾਂ ਲਈਏ ਫੋਨ ਕਰਕੇ ਹੁਣੇ, ਰੋਹ ਮਾਰ ਨਾ ਰੋਟੀ ਨਾ ਪਕਾਈ ਮੇਰੀ ਅੱਜ। ਬਾਈ ਕਹਿੰਦਾ ਤੂੰ ਇੱਕ ਵਾਰ ਗਏ ਤਾਂ ਸਹੀ, ਸਹੀ ਗੱਲ ਹੈ। ਦੋਸਤ ਕੌਣ ਸੀ ਉਹਨਾਂ ਦੇ ਉੱਥੋਂ ਲਿਆਂਦਾ? ਮੇਰੇ ਘਰੇ ਤਾਂ ਪਨੀਰ ਬਣਾਇਆ ਸੀ ਕੱਲ ਬੁਲਬੁਲ ਨੇ। ਛੱਡੋ ਪੈਸੇ ਦੇਖੋ, 100 ਰੁਪਿਆ ਪਾਇਆ,
ਉਹ ਫਿਰ ਕਦੇ ਲੋੜ ਪੈ ਜਾਂਦੀ ਹੈ ਕਿਰਾਇਆ ਕਿਰਾਇਆ ਰੱਖਣਾ ਪੈਂਦਾ ਬਈ ਇਹ ਫੋਟੋ ਬਹੁਤ ਸੋਹਣੀ ਆ ਆ ਸੀਰੀਅਸਲੀ ਬਹੁਤ ਘੈਂਟ ਫੋਟੋ ਹੈ ਜੀ ਪਿਛਲੀ ਲੁੱਕ ਵੀ ਬਹੁਤ ਘੈਂਟ ਆ ਉਹ ਪਿੱਛੇ ਜਿਹੜੇ ਘਰ ਦੇ ਘੈਂਟ ਆ ਭਾਈ ਉਹਨਾਂ ਨੇ ਫੋਟੋ ਬਣਵਾਈ ਆ ਬਹੁਤ ਘੈਂਟ ਆ ਦੇਖੋ ਆਹ ਦੇਖੋ संग कैमरे तो संग मजाक ही मानती हो गया फेम दे हैं बस हां ससी फिर बनाई है आ देखो एनु कहंदे ने भाई हैं भाइयों दा प्यार असि करके आ गए वीरे ने आवन सारी देखो बना ली चाह फिर ते कैट चाह भी तू चाह दा रंग देख तेल देख तेल दी धार देखो कम है चाह देख चाह दा रंग देख आए हाय सारी गल छड्ड आपे आ गया बंद तो कर दी नी तू की कर रही है आपे आ गया तू बेबे मेनू इधर कोल घगरा पिया पुराने रवाई दे भाई मैनू चाहिए सी ना पठाई नहीं मैं नाल लेके जाना उठे ਵੀ ਕਿਸੇ ਦੀ ਮੰਮੀ ਕੋਲ ਕਿਸੇ ਦੀ ਬੇਬੇ ਕੋਲ ਘੱਗਰਾ ਪਿਆ ਹੋਵੇ ਪੁਰਾਣਾ ਮੈਨੂੰ ਦਵਾ ਦਿਓ ਮੈਂ ਲੈ ਕੇ ਜਾਣਾ ਮੈਨੂੰ ਮਿਲ ਨਹੀਂ ਰਿਹਾ ਪਿਆ ਤੁਹਾਡੇ ਪਿਆ ਹੈ ਮੇਰੀ ਮੰਮੀ ਵਾਲਾ ਆ ਜਾ ਚੱਲ ਚੱਲ ਵਧੀਆ ਚੱਲ ਮੈਂ ਕੱਪੜੇ ਡਰੈਕ ਕਲੀਨ ਕਰਾਉਣ ਵਾਸਤੇ ਲੈ ਗਿਆ ਹਾਂ ਤੇ ਮੈਨੂੰ ਨਹੀਂ ਪਤਾ ਸੀ ਮੇਰੀ ਮੰਮੀ ਦੇ ਵੀ ਨੇ ਵਿੱਚ ਕੱਪੜੇ ਮੈਨੂੰ ਕਹਿੰਦਾ ਚਲੋ ਮੁੰਡਾ ਜਾਣਦਾ ਟੀਟੂ ਦੇ ਡੱਬੇ ਵਾਲਾ ਹਾਂ ਮਾਂ ਬਈਏ ਕੱਪੜੇ ਡਰੈਕ ਕਲੀਨ ਕਰਦੇ ਨੇ ਕਹਿੰਦਾ ਕੀ ਦੇਣੇ ਮੇਰੇ ਘਰ ਵਾਲੀ ਦੇ ਉਹਨੇ ਤਲਵਾਰ ਕੱਢ ਲਈ ਮੇਰੀ ਮੰਮੀ ਵਾਲੀ ਤੂੰ ਕਹਿੰਦਾ ਯਾਰ ਬਾਈ ਬਹੁਤ ਮੋਟੀ ਆ ਤੇਰੇ ਘਰ ਵਾਲੀ ਮਹਾਂ ਨਾ ਯਾਰ ਮੈਂ ਦੇਖ ਲਈ ਕਹਿੰਦਾ ਯਾਰ ਇਹ ਸਾਈਜ਼ ਤਾਂ ਕਹਿੰਦਾ ਤੂੰ ਸਾਈਜ਼ ਤਾਂ ਦੇਖ ਮੈਂ ਬਈ ਦੇਖਿਆ ਮਹਾਂ ਇਹ ਤਾਂ ਮੇਰੀ ਮੰਮੀ ਦੇ ਕੱਪੜੇ ਨੇ ਯਾਰ ਉਹ ਕਹਿੰਦਾ ਮੈਨੂੰ ਤਾਂ ਐ ਦੀ ਵੀ ਤੇਰੇ ਘਰ ਵਾਲੀ ਇੰਨੀ ਮੋਟੀ ਹੋਣੀ ਮਹਾਂ ਨਾ ਬਈ ਮੋਟੀ ਮੋਟੀ ਗੱਲ ਕਹਿੰਦਾ ਵਾਲਾ ਕਿ ਕਹਿੰਦਾ ਭੰਗੂ ਮੈਂ ਸੁਣਿਆ ਲੋਕ ਕਵੀ ਨੇ ਪਾਗਲ ਹੁੰਦੇ ਫਿਰ ਤੂੰ ਵੀ ਜਿਉਂਦਾ ਲਾਸ਼ ਨਾ ਬਣ ਜੀ ਜੋ ਤੁਰਨ ਨਾ ਦੇਵੇ ਹਟ ਜਾਓ ਜੋ ਤੁਰਨ ਨਾ ਦੇਵੇ ਅੱਗੇ ਵੱਲ ਨੂੰ ਔਕੜਾਂ ਭਰਿਆ ਕੱਚ ਨਾ ਲਿਖਦੀ ਬਣ ਤੀਰ ਕਿਸੇ ਦੇ ਲੱਗੇ ਸੀਨੇ ਦੇਖੀ ਐਸਾ ਸੱਚ ਨਾ ਲਿਖਦੇ ਇਹ ਭੈੜੀ ਦੁਨੀਆ ਮਰਵਾ ਦੂ ਤੈਨੂੰ ਤੂੰ ਲਿਖਦਾ ਲਿਖਦਾ ਪਾਸ਼ ਨਾ ਬਣ ਜੀ ਭੰਗੂ ਮੈਂ ਸੁਣਿਆ ਲੋਕੀ ਨੇ ਕਵੀ ਨੇ ਪਾਗਲ ਹੁੰਦੇ ਤੁਰਦਾ ਫਿਰਦਾ ਤੂੰ ਵੀ ਚਾਹੁੰਦਾ ਲਾਸ਼ ਨਾ ਬਣ ਜੀ ਯਾਦ ਨਹੀਂ ਹੋਣਾ ਜੁਗਲ ਖੋਰਾ ਜੁਗਲੀ ਕਰਨ ਵਾਲਿਆ ਤੇਰੇ ਦਾ ਕਾਲਜੇ ਠੰਡ ਪੈ ਗਈ ਜਾਂਦੇ ਰਹੇ ਆ ਜੱਟ ਸੌਦਿਆਂ ਨੇ ਜਾਵਾਂਗੇ ਵੀ ਜਾਵਾਂਗੇ ਕਿਹੜੇ ਪਾਕਿਸਤਾਨ ਦੀ ਵੰਡ ਪੈ ਗਈ ਬੇਬੇ ਸ਼ਾਹ ਦੀ ਸ਼ਾਹ ਕੋਈ ਸ਼ੇਰ ਸੁਣਾਓ ਲਾਓ ਕੋਈ ਚਿੱਟਾ ਦਵਾ ਦਵਾ ਨਹੀਂ ਫਿਲਹਾਲ ਮੇਰੀ ਸ਼ਾਇਰੀ ਹੌਲੀ ਹੌਲੀ ਭੁੱਖੂ ਮੇਰੀ ਸ਼ਾਇਰੀ
जावांगे भी जेड़ा पाकिस्तान दी फंड पई तू चुगली करके खा गया जिन्ने मुंह ओंदियां गल्लां लोकां दा पौकी जाना आपदा उल्लू सीधा रखो बस माड़ा मोड़ा तो करी होगी बेबे बाल की ना करी मेरी गल सुना जिम्मे और रोंदिया जी नहीं बुढ़िया जमा मिन्ना मिन्ना करी जाओ बेबे मिन्ना मिन्ना करी आज हेलो ठंड लग रही है ठंड ठंड ठंडी हवा चल रही है लेट हो गए अपा चली आई है पता कर ए किराए च निकल जाते ने कल नू 300 रुपए सी आ 100 रुपए अज लग गया सरकारी ते मिलदी तो होवे ताई चढ़ा ਕੀ ਕਰਦਾ ਰਹਿੰਦਾ ਨਾ ਬਈ ਪਿਆਰਾ ਬੋਲ ਕੇ
ਕਾ ਟੋਕ ਗਿਆ ਹੋਵੇ।